ਡੇਲੀ ਪੋਸਟ ਪੰਜਾਬੀ ਦੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਵੱਡੀ ਖਬਰ ਬਠਿੰਡਾ ਏਮਜ਼ ਨਾਲ ਜੁੜੀ ਹੋਈ ਹੈ ਬਠਿੰਡਾ ਏਮਜ਼ ਦੇ ਫਰਸਟ ਫੇਜ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ ਔਰ ਇਸ ਦੇ ਤਹਿਤ ਓਪੀਡੀ ਬਲਾਕ ਦੇ ਨਿਰਮਾਣ ਕੰਮ ਨੂੰ ਪੂਰੀ ਤਰ੍ਹਾਂ ਮੁਕੰਮਲ ਕੀਤਾ ਗਿਆ ਹੈ ਔਰ ਇਸ ਦੇ ਨਾਲ ਹੀ ਦੱਸ ਦਈਏ ਕਿ ਓਪੀਡੀ ਸੇਵਾਵਾਂ ਸ਼ੁਰੂ ਕੀਤੇ ਜਾਣ ਦਾ ਰਸਤਾ ਸਾਫ਼ ਹੋ ਗਿਆ ਹੈ ਔਰ ਦੂਸਰੀ ਵੱਡੀ ਸੂਚਨਾ ਇਸ ਏਮਜ਼ ਦੇ ਨਾਲ ਜੁੜੀ ਹੋਈ ਇਹ ਹੈ ਕਿ ਅੱਜ ਤੋਂ ਐਮਬੀਬੀਐਸ ਦਾ ਪਹਿਲਾ ਬੈਚ ਵੀ ਫਰੀਦਕੋਟ ਦੀ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਸ਼ੁਰੂ ਹੋ ਚੁੱਕਿਆ ਹੈ ਸੋ ਜਾਹਿਰ ਹੈ ਇਸ ਵੇਲੇ ਬਠਿੰਡਾ ਦੇ ਏਮਜ ਦੇ ਨਿਰਮਾਣ ਕੰਮ ਨੂੰ ਲੈ ਕੇ ਜੋ ਪਿਛਲੀਆਂ ਜਿਹੜੀਆਂ ਅਟਕਲਾਂ ਸੀ ਉਹ ਸਭ ਖਤਮ ਹੋ ਗਈਆਂ ਨੇ ਔਰ ਹੁਣ ਰਫਤਾਰ ਫੜ ਚੁੱਕਿਆ ਹੈ ਕੰਮ ਔਰ ਜਲਦੀ ਹੀ ਜਿਹੜੇ ਓਪੀਡੀ ਸੇਵਾਵਾਂ ਜਿੱਦਾਂ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਲਗਾਤਾਰ ਇਹਨਾਂ ਸੇਵਾਵਾਂ ਨੂੰ ਚਲਾਉਣ ਲਈ ਯਤਨਸ਼ੀਲ ਰਹੇ ਨੇ ਉਹਨਾਂ ਜਿਹੜੀਆਂ ਯਤਨਾਂ ਨੂੰ ਇਸ ਵੇਲੇ ਬੂਰ ਪੈਂਦਾ ਦਿਖ ਰਿਹਾ ਹੈ ਔਰ ਓਪੀਡੀ ਸੇਵਾਵਾਂ ਜਲਦੀ ਸ਼ੁਰੂ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ ਬਰੰਡਾ ਵਿੱਚ ਬਣ ਰਹੇ 925 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਵੱਡੀ ਸੰਸਥਾ ਦਾ ਇਹ ਕੰਪਲੈਕਸ ਦਾ ਪਹਿਲਾ ਫੇਜ਼ ਮੁਕੰਮਲ ਕਰ ਲਿਆ ਗਿਆ ਹੈ ਔਰ ਇਸ ਦੇ ਤਹਿਤ ایمਜ਼ ਕੰਪਲੈਕਸ ਦੀਆਂ 10 OPDs ਦਾ ਨਿਰਮਾਣ ਕੰਮ ਪੂਰਾ ਕੀਤਾ ਗਿਆ ਹੈ ਤੇ ਉਧਰ ਇਹਨਾਂ OPDs ਸੇਵਾਵਾਂ ਨੂੰ ਜਲਦ ਸ਼ੁਰੂ ਕਰਨ ਲਈ ਪੀਜੀਆਈ ਵੱਲੋਂ ਸਟਾਫ ਨਿਯੁਕਤ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਬਠਿੰਡਾ ਦੇ ਇਸ ਏਮਜ਼ ਕੰਪਲੈਕਸ ਨੂੰ ਜੂਨ 2020 ਤੱਕ ਮੁਕੰਮਲ ਕਰਨਾ ਹੈ ਜਿਸ ਦੇ 4 ਫੇਜ ਹਨ ਤੇ ਪਹਿਲੇ ਫੇਜ ਤਹਿਤ OPD ਸੇਵਾਵਾਂ ਦੇਣ ਲਈ ਕੰਪਲੈਕਸ ਜਿਹੜਾ ਉਹ ਪੂਰਾ ਕਰ ਲਿਆ ਗਿਆ ਤੇ ਇਸ ਦੇ ਤਹਿਤ ਹੀ ਅਗਲੇ 3 ਫੇਜ ਤੇ ਤਹਿਤ 750 ਬੈੱਡ ਦਾ ਇੱਕ ਹਸਪਤਾਲ ਰਿਸਰਚ ਸੈਂਟਰ ਅਤੇ ਰਹਿਸ਼ੀ ਇਮਾਰਤਾਂ ਬਣਾਈਆਂ ਜਾਣੀਆਂ ਨੇ ਪਰ ਇਸ ਤੋਂ ਪਹਿਲਾਂ ਇਸ ਸੰਸਾ ਦੇ OPD ਕੰਪਲੈਕਸ ਵਿੱਚ ਸਿਹਤ ਸੇਵਾਵਾਂ ਹੁਣੇ ਤੋਂ ਸ਼ੁਰੂ ਹੋ ਜਾਣਗੀਆਂ ਬਸ ਉਡੀਕ ਸਿਰਫ ਸਟਾਫ ਦੀ ਹੈ ਤੇ ਰਸਮੀ ਉਦਘਾਟਨ ਦੀ ਹਾਲਾਂਕਿ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੀ ਇੱਛਾ ਸੀ ਕਿ ਇੱਥੇ OPD ਸੇਵਾਵਾਂ 1 ਸਤੰਬਰ ਤੋਂ ਸ਼ੁਰੂ ਹੋ ਜਾਣ ਪਰ ਸਾਬਕਾ ਵਿੱਤ ਮੰਤਰੀ ਅਰुण ਜੇਟਲੀ ਦੇ ਦਿਹਾਂਤ ਕਾਰਨ ਇਹ ਤਾਰੀਖ ਥੋੜੀ ਅੱਗੇ ਖਿਸਕ ਸਕਦੀ ਹੈ ਪਰ ਹੁਣ ਇਹ ਤੈ ਹੈ ਕਿ ਜਲਦੀ ਹੀ ਬਠਿੰਡਾ ਦੇ ਇਸ ਏਮਜ਼ ਦੀਆਂ ਆਪੀਡੀ ਸੇਵਾਵਾਂ ਸ਼ੁਰੂ ਹੋ ਜਾਣਗੀਆਂ ਤੇ ਇਹਨਾਂ ਦਾ ਲਾਭ ਬਠਿੰਡਾ ਖੇਤਰ ਜਾਂ ਪੰਜਾਬ ਹੀ ਨਹੀਂ ਬਲਕਿ ਆਸ-ਪਾਸ ਦੇ ਰਾਜਾਂ ਦੇ ਲੋਕਾਂ ਨੂੰ ਵੀ ਮਿਲੇਗਾ ਬਠਿੰਡਾ ਏਮਜ਼ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦਾ ਡ੍ਰੀਮ ਪ੍ਰੋਜੈਕਟ ਰਿਹਾ ਤੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਇਸ ਪ੍ਰੋਜੈਕਟ ਵਿੱਚ ਸ਼ੁਰੂ ਤੋਂ ਹੀ ਖਾਸ ਦਿਲਚਸਪੀ ਰਹੀ ਹੈ ਸੋ ਉਮੀਦ ਕੀਤੀ ਜਾ ਸਕਦੀ ਹੈ ਕਿ ਇਹ ਪ੍ਰੋਜੈਕਟ ਆਪਣੇ ਟੀਚੇ ਅਨੁਸਾਰ ਜੂਨ 2020 ਤੱਕ ਮੁਕੰਮਲ ਰੂਪ ਲੈ ਲਵੇਗਾ ਜਿਸ ਦੇ ਨਾਲ ਪੰਜਾਬ ਤੋਂ ਇਲਾਵਾ ਹਰਿਆਣਾ ਰਾਜਸਥਾਨ ਦੇ ਲੋਕਾਂ ਲਈ ਵੀ ਇੱਕ ਵੱਡੀ ਸਿਹਤ ਸਹੂਲਤ ਇਹ ਪ੍ਰੋਜੈਕਟ ਬਣ ਸਕੇਗਾ ਕੈਮਰਾਮੈਨ ਸੁਖਮੰਦਰ ਸਿੰਘ ਦੇ ਨਾਲ ਧਰਮਚੰਦਰ ਡੇਲੀ ਪੋਸਟ ਪੰਜਾਬੀ ਬਠਿੰਡਾ ਸਸਕਾਲ ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਜਨਵਰੀ 2020 ਦੇ ਦਾਖਲੇ ਖੁੱਲ ਚੁੱਕੇ ਹਨ ਯੂਨੋ ਐਸ ਡੀ ਐਸ ਨੋਨ ਐਸ ਡੀ ਐਸ ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ